ਨਸ਼ੇ ਦੀ ਭੇਟ ਚੜਿਆ ਇੱਕ ਹੋਰ ਨੌਜਵਾਨ। 27 ਸਾਲ ਦੀ ਉਮਰ 'ਚ ਹੋ ਗਈ ਮੌਤ। ਪਰਿਵਾਰ ਨੇ ਮੁੰਡੇ ਦੇ ਦੋਸਤਾਂ ਤੇ ਲਗਾਏ ਇਲਜ਼ਾਮ। ਤਾਂ ਨਸ਼ਾ ਪੰਜਾਬ ਦੀ ਜਵਾਨੀ ਨੂੰ ਲਗਾਤਾਰ ਖਾ ਰਿਹਾ। ਆਏ ਦਿਨ ਕੋਈ ਨਾ ਕੋਈ ਨੌਜਵਾਨ ਨਸ਼ੇ ਦੀ ਭੇਟ ਚੜਦਾ ਜਾ ਰਿਹਾ। ਤਾਂ ਹੁਣ ਇੱਕ ਹੋਰ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ, ਜਿਸ ਦਾ ਨਾਮ ਅਮਿਤ ਹੈ ਤੇ ਉਮਰ 27 ਸਾਲ ਹੈ। ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਤਾਂ ਦੱਸ ਦਈਏ ਕਿ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਤੇ ਪਰਿਵਾਰ ਨੇ ਇਸਦੇ ਦੋਸਤਾਂ ਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਵੱਲੋਂ ਇਸ ਨੂੰ ਟੀਕਾ ਲਗਾਇਆ ਗਿਆ, ਜਿਸ ਤੋਂ ਬਾਅਦ ਇਸ ਦੀ ਮੌਤ ਹੋ ਗਈ। ਤਾਂ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ। ਤਾਂ ਪੁਲਿਸ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਾਂ ਨਸ਼ੇ ਕਾਰਨ ਇਸ 27 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਸ ਦੇ ਵੱਲੋਂ ਨਸ਼ੇ ਦੀ ਓਵਰਡੋਜ਼ ਕਰ ਲਈ ਸੀ, ਜਿਸ ਕਾਰਨ ਇਸ ਦੀ ਮੌਤ ਹੋਈ ਹੈ। ਤਾਂ ਪਰਿਵਾਰ ਨੇ ਹੁਣ ਇਸ ਦੇ ਨਾਲ ਰਹਿਣ ਵਾਲੇ ਦੋਸਤਾਂ ਤੇ ਹੀ ਇਲਜ਼ਾਮ ਲਗਾਇਆ ਕਿ ਉਹਨਾਂ ਦੇ ਵੱਲੋਂ ਹੀ ਇਸ ਨੂੰ ਟੀਕਾ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਇਸ ਦੀ ਮੌਤ ਹੋਈ ਹੈ। ਤਾਂ ਹੁਣ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾ ਇਹਨੂੰ ਸਲੂਨ ਤੇ ਛੱਡਣ ਗਿਆ ਸੀ ਆਪਣੀ ਕਾਰ ਦੀ ਆਟੋ 'ਚ, ਤੇ ਆਟੋ ਵਾਲਾ ਮੁੰਡਾ ਇਹਨੂੰ ਛੱਡ ਕੇ ਤੇ ਦੁਬਾਰਾ ਉਹ ਵੀ ਨਾਲ ਹੀ ਆਇਆ ਵਾ। ਉਹ ਖਰੇ ਬਾਹਰ ਹੀ ਖੜੋਤਾ ਰਿਹਾ ਅਤੇ ਬਹਾਨੇ ਨਾਲ ਮੁੰਡਾ ਆਇਆ ਆਟੋ ਵਾਲਾ, ਕਹਿੰਦਾ ਉਹ ਭੁੱਦੂ ਕਿੱਥੇ ਗਿਆ ਵਾ, ਅਤੇ ਛੋਟੇ ਨੇ ਕਹਿ ਤਾ ਬਾਹਰ ਹੀ ਆ। ਬਸ ਉਹ ਬਹਾਨੇ ਨਾਲ ਸੱਦ ਕੇ ਉਹਨੇ ਖੜਿਆ, ਮੁੜ ਕੇ ਮੁੰਡਾ ਘਰ ਨਹੀਂ ਆਇਆ। ਮੁੜ ਕੇ ਇਹਨਾਂ ਨਸ਼ਾ ਨੁਸ਼ਾ ਨੂੰ ਟੀਕਾ ਟੂਕਾ ਲਾ ਕੇ ਇਹਨੂੰ ਕਦੇ ਘੁੰਮਾਉਂਦੇ ਰਹੇ। ਇਹ ਬਾਹਰ ਗਈ ਕਿਸੇ ਨੇ 7:30 ਨੂੰ 7 ਦੱਸਿਆ, ਭਾਬੀ ਉਹ ਉੱਥੇ ਆਟੋ ਦੇ ਵਿੱਚ ਨੀਲੇ ਜੇ 'ਚ ਨਾ ਉਹ ਭੁੱਦੂ ਤੁਹਾਡਾ ਉਹਦੇ ਧੌਣ ਲਮਕਾਈ ਦੀ ਉਹਨੇ। ਇਹਨੇ ਆ ਕੇ ਕਾਰ ਦੱਸਿਆ ਆਪਣੇ ਮਾਮੂ, ਉਹ ਦੌੜਾ ਗਿਆ, ਇਹਨੇ ਮੈਨੂੰ ਉਹ ਦੱਸਿਆ, ਮੈਂ ਵੀ ਗਈ। ਉਹ ਮੁੰਡੇ ਉਹਨੂੰ ਸੁੱਟ ਕੇ ਉੱਥੇ ਰੂੜੀ ਦੇ ਉੱਤੇ ਅਤੇ ਆਪ ਦੌੜਨ ਦੇ ਸੀ, ਉਹ ਫਿਰ ਉੱਥੋਂ ਹੀ ਫੜ ਲਏ, ਇੱਕ ਦੌੜ ਗਿਆ ਇੱਕ ਫੜੋ ਗਿਆ, ਮੇਰਾ ਮੁੰਡਾ ਮਾਰ ਕੇ ਉੱਥੇ ਸੁੱਟ ਗਏ ਦੇ ਸੀ। ਟੀਕਾ ਲਾਇਆ ਤਿੰਨਾਂ ਜਾਣੇ? ਟੀਕਾ ਲਾ ਕੇ ਉਹਨੇ ਉਹਦੇ ਜ਼ਿਆਦਾ ਲਾ ਕੇ ਘਰੇ ਸੁੱਟ ਗਿਆ। ਨਸ਼ਾ ਨਹੀਂ ਕਰਦਾ, ਨਸ਼ਾ ਛੱਡ ਦਿੱਤਾ ਤਾ ਸੀ ਉਹਨੇ, ਹੁਣ ਉਹ ਸੈਂਟਰੋਂ ਆਇਆ ਸੀ ਹੈਗਾ, ਇਹਨਾਂ ਨੂੰ ਪਤਾ ਸੀ ਨਹੀਂ ਕਰਦਾ, ਇਹਨਾਂ ਨੇ ਪਦੋ ਪਦੀ ਖੜਿਆ ਕਰੋ ਸੱਦ ਕੇ ਉਹਨੂੰ। ਕਿਹੜੇ ਮੁੰਡਾ ਨਸ਼ੇ ਕਰਦੇ? ਉਹ ਕਰਦੇ ਆ ਨਸ਼ੇ। ਕੀ ਨਾਂ ਉਹਨਾਂ ਦੇ ਪਤਾ ਕੁਛ? ਇੱਕ ਦਾ ਨਾਂ ਸਾਜਨ ਉਹ ਤੇ ਇੱਕ ਦਾ ਨਾਂ ਸਾਮੀ ਆ। ਉਹ ਕਿੰਨੇ ਚਿਰ ਤੋਂ ਕਰ ਰਹੇ ਨਸ਼ਾ? ਉਹ ਬੜੇ ਪੁਰਾਣੇ ਪੁਰਾਣੇ ਲੱਗੇ ਦੇ ਆ ਨਸ਼ਿਆਂ ਤੇ। ਤੁਹਾਡਾ ਮੁੰਡਾ ਵੀ ਨਸ਼ਾ ਕਰਦਾ ਸੀਗਾ? ਸਾਡਾ ਪਹਿਲੇ ਕਰਦਾ ਸੀ, ਫਿਰ ਸੈਂਟਰ ਮੈਂ ਕਰਵਾਇਆ, 9 ਸੈਂਟਰ ਦਾਖਲ ਕਰਾਇਆ ਉਹਨੂੰ ਮੈਂ, ਉਹਨੇ ਛੱਡਤਾ ਸੀ। ਹੁਣ ਉਹ ਥੋੜ੍ਹਾ ਚਿਰ ਹੋਇਆ ਘਰ ਆਏ ਨੂੰ, ਇਹਨਾਂ ਨੂੰ ਪਤਾ ਸੀ ਉਹ ਨਹੀਂ ਕਰਦਾ, ਇਹਨਾਂ ਨੇ ਬਦੋ ਬਦੀ ਸੱਦ ਕੇ ਖੜਿਆ ਉਹਨੂੰ। ਕੱਲ੍ਹ ਕੀ ਕਹਿ ਕੇ ਲੱਗ ਗਏ ਨਾਲ? ਇਹਨੇ ਬਹਾਨੇ ਨੇ ਇਹੋ ਕਿਹਾ ਮੇਰੇ ਕੋਲ ਪੈਸੇ ਲੈਣੇ ਆ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗ ਇਹ ਕਰਨੇ, ਜਿਸ ਤਰ੍ਹਾਂ ਮੇਰਾ ਮੁੰਡਾ ਮਾਰਿਆ ਉਸ ਤਰ੍ਹਾਂ ਇਹ ਵੀ ਇਸ ਤਰ੍ਹਾਂ ਹੀ ਮਰਨ, ਮੈਂ ਨਹੀਂ ਇਹਨਾਂ ਨੂੰ ਛੱਡਣਾ ਹੈਗਾ। ਨਸ਼ਾ ਬਹੁਤ ਵੇਖਦਾ ਪਿਆ ਇੱਥੇ, ਕੋਈ ਨਹੀਂ ਇਹ ਹਟਾਉਂਦਾ, ਇਹਨਾਂ ਨੂੰ ਕਿਸੇ ਨੂੰ ਕੋਈ ਨਹੀਂ ਹਟਾਉਂਦਾ, ਸਾਰੇ ਰਲੇ ਦੇ ਇਹਨਾਂ ਦੇ ਨਾਲ ਹੀ। ਅਸੀਂ ਨਹੀਂ ਕੀਤੀ, ਲੋਕਾਂ ਨੇ ਨਹੀਂ ਕਰਦੇ ਹੈਗੇ, ਲੋਕ ਕਰਦੇ ਫਿਰ ਉੱਥੋਂ ਪਿੱਛੇ ਫੜ ਲੈਂਦੇ, ਕਹਿੰਦੇ ਰਹਿਣ ਦਿਓ ਜੀ, ਰਹਿਣ ਦਿਓ, ਸਾਡੇ ਕਿਹੜੇ ਬੱਚੇ ਕਰਦੇ ਆ ਨਸ਼ੇ। ਹੋਸਪਿਟਲ ਪਹੁੰਚੇ, ਫਿਰ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਤਾਲਮੇਲ ਕੀਤਾ। ਪਰਿਵਾਰਕ ਮੈਂਬਰਾਂ ਵੱਲੋਂ ਅਸੀਂ ਜੋ ਵੀ ਬਿਆਨ ਉਹਨਾਂ ਦੇ ਲਿਖੇ ਆ, ਉਹ ਬਿਆਨਾਂ ਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪਰਿਵਾਰ ਨੇ ਜੋ ਵੀ ਬਿਆਨ ਲਿਖਾਇਆ ਸਾਨੂੰ, ਉਹਨਾਂ ਦੇ ਮੁਤਾਬਕ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਤੇ ਕਾਰਵਾਈ ਕਰ ਰਹੇ ਹਾਂ।